ਕਹਿੰਦੇ ਨੇ ਕਿ ਜਦੋਂ ਧੀਆਂ ਕੁਝ ਕਰਦੀਆਂ ਨੇ ਤਾਂ ਫਿਰ ਵੱਡਾ ਹੀ ਕਰਦੀਆਂ ਨੇ ਤੇ ਅਜਿਹਾ ਹੀ ਕੁਝ ਕਰਕੇ ਦਿਖਾਇਆ ਹਰਚੋਵਾਲ ਦੀ ਇਸ ਧੀ ਨੇ। ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਵਿੱਚ ਅੱਜ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਕੇ ਆਪਣੇ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦੇਖਣ ਵਾਲੀ ਸੀ। ਰਿਸ਼ਤੇਦਾਰ, ਗਵਾਂਢੀ, ਅਫਸਰ ਧੀ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਵਧਾਈ ਦੇਣ ਪਹੁੰਚੇ ਹੋਏ ਸਨ। ਖਾਸ ਗੱਲ ਇਹ ਹੈ ਕਿ ਇਹ ਪਰਿਵਾਰ ਪੀੜ੍ਹੀਆਂ ਤੋਂ ਫੌਜ ਦੇ ਵਿੱਚ ਨੌਕਰੀ ਕਰਦਾ ਆ ਰਿਹਾ, ਜਿਸ ਦੇ ਵਿੱਚ ਉਹਨਾਂ ਦੇ ਦਾਦਾ, ਪਿਤਾ ਅਤੇ ਚਾਚਾ ਵੀ ਫੌਜ ਤੋਂ ਸੇਵਾ ਮੁਕਤ ਨੇ। ਜੀਵਨ ਜੋਤ ਪਰਿਵਾਰ ਦੇ 3 ਪੀੜ੍ਹੀਆਂ ਚੋਂ ਘਰ ਦੀ ਧੀ ਹੈ ਜੋ ਕਿ ਆਪਣੇ ਪਰਿਵਾਰ ਤੋਂ ਅੱਗੇ ਅਫਸਰ ਵਜੋਂ ਹੁਣ ਸ਼ਾਮਲ ਹੋਈ ਹੈ। ਅਲੱਗ ਫੀਲ ਹੈ, ਪ੍ਰਾਊਡ ਫੀਲਿੰਗ ਹੈ, ਮਤਲਬ ਸਾਰੇ ਇੱਥੇ ਪ੍ਰੈਜੈਂਟ ਹੈ ਤੁਹਾਡੇ ਸਾਹਮਣੇ, ਉਹ ਇੰਨੇ ਜ਼ਿਆਦਾ ਖੁਸ਼ ਹੈ। ਸੋ ਸੋਚਿਆ ਨਹੀਂ ਸੀ ਮਤਲਬ ਉਸ ਟਾਈਮ 'ਤੇ ਪਹਿਲਾਂ ਕਿ ਆਈ ਵਿਲ ਅਚੀਵ ਦਿਸ, ਬਟ ਦੈਨ ਮੇਰਾ ਬ੍ਰਦਰ ਇੱਥੇ ਬੈਠਾ, ਉਹਨੇ ਇੰਸਪਾਇਰ ਕੀਤਾ ਸੀ ਐਕਚੁਲੀ ਮੈਨੂੰ, ਐਂਡ ਆਈ ਜੁਆਇੰਡ, ਅਤੇ ਹੌਲੀ ਹੌਲੀ ਬਸ ਸਾਰਿਆਂ ਦੀ ਸਪੋਰਟ ਨਾਲ ਉਹ ਬਣਦਾ ਗਿਆ ਆਪਣੇ ਆਪ। ਅਤੇ ਸਟਰਗਲ ਸੀ ਪਹਿਲਾਂ, ਮੈਂ ਜਦੋਂ ਆਪਣੀ SSB ਦਿੱਤੀ ਹੈ, ਇਹ ਮੇਰਾ ਤੀਸਰਾ ਅਟੈਂਪਟ ਸੀ, ਸੋ ਮੈਂ 2 ਵਾਰ ਪਹਿਲਾਂ ਫੇਲਰ ਦੇਖ ਚੁੱਕੀ ਹਾਂ। ਫਿਰ ਦੈਨ ਫਾਈਨਲੀ 3rd ਅਟੈਂਪਟ 'ਚ ਆਪਾਂ ਮਤਲਬ ਮੇਰਾ ਸਿਲੈਕਸ਼ਨ ਹੋਇਆ ਸੀ, ਐਂਡ ਦੈਨ 1 ਐਂਡ ਹਾਫ ਈਅਰ ਆਫ ਟ੍ਰੇਨਿੰਗ, ਐਂਡ ਦੈਨ ਫਾਈਨਲੀ ਯੈਸਟਰਡੇ ਵਾਸ ਦੀ ਡੇ ਜਦੋਂ ਮੇਰਾ ਮਤਲਬ ਮੈਂ ਫਾਈਨਲੀ ਪਾਸ ਆਊਟ ਹੋਈ ਹਾਂ। ਫਾਈਨਲੀ ਇੱਕ ਉਹ ਹੁੰਦਾ ਕਿ ਆਫਿਸਰ ਬਣ ਗਏ, ਉਹ ਵਾਲੀ ਫੀਲ ਆਉਂਦੀ ਹੈ ਜਿਹੜੀ, ਉਹ ਫਾਈਨਲੀ ਮਤਲਬ ਆਈ। ਮਤਲਬ ਡ੍ਰੀਮ ਸੀ ਕਿ ਇੱਕ ਵਾਰੀ ਪਾਪਾ ਮੰਮਾ ਉੱਥੇ ਦੇਖਣ ਕਿ ਮੈਨੂੰ ਯੂਨੀਫਾਰਮ ਦੇ ਵਿੱਚ ਪਹਿਲੀ ਵਾਰੀ, ਸੋ ਉਹ ਜਦੋਂ ਮਤਲਬ ਮੈਂ ਉਹੀ ਸ਼ਬਦਾਂ 'ਚ ਨਹੀਂ ਪਾ ਸਕਦੀ ਉਸ ਚੀਜ਼ ਨੂੰ, ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਜਦੋਂ ਆਪਾਂ ਸਾਡਾ ਮਾਰਚ ਪਾਸਟ ਹੁੰਦਾ ਹੈ ਅਤੇ ਮੈਂ ਪਾਪਾ ਨੂੰ ਦੇਖਿਆ ਸੀ, ਅਤੇ ਮੈਂ ਸਿਰਫ 2 ਸੈਕਿੰਡ ਦੇਖ ਪਾਈ ਸੀ, ਅਤੇ ਮੈਨੂੰ ਲੱਗਾ ਕਿ ਨਹੀਂ ਮਤਲਬ ਉਹ ਇਮੋਸ਼ਨਲ ਮੂਮੈਂਟ ਹੋ ਜਾਏਗਾ ਜਾਂ ਉਸ ਤਰੀਕੇ ਨਾਲ, ਅਤੇ ਮੈਂ ਥੋੜ੍ਹਾ ਇਗਨੋਰ ਜਿਹਾ ਕੀਤਾ, ਸਮਾਈਲ ਪਾਸ ਕੀਤੀ, ਐਂਡ ਆਈ ਵੈਂਟ ਮਾਰਚਿੰਗ ਔਨ। ਸੋ ਬਹੁਤ ਫੀਲ ਆਉਂਦੀ ਹੈ ਬਿਕੋਜ਼ ਉਹਨਾਂ ਦੀ ਵੀ ਮਿਹਨਤ ਆ ਪ੍ਰੋਪਰ ਉਹਨਾਂ ਦੀ, ਤੋ ਇੱਕ ਆਰਮੀ ਪਰਸਨਲ ਦੀ ਉਹਨਾਂ ਦੀ ਬੇਟੀ ਦਾ ਇੱਕ ਆਫਿਸਰ ਬਣਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਆਪਣੇ ਇਲਾਕੇ ਦੇ ਵਿੱਚ ਜਾਣਾ। ਇਟ ਵਾਜ਼ ਅ ਬਿਗ ਮੂਮੈਂਟ ਫਾਰ ਮੀ, ਆਈ ਥਿੰਕ ਮੈਂ ਪ੍ਰੋਪਰ ਉਹਨੂੰ ਸ਼ਬਦਾਂ 'ਚ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਟਾਈਮ 'ਤੇ। ਹਾਂਜੀ ਨਹੀਂ, ਉਹਦੇ ਵਿੱਚ ਜਦੋਂ ਮੈਂ ਉਹ ਜੁਆਇਨ ਕੀਤੀ ਸੀ, ਮੈਂ ਉਦੋਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਡਿਫੈਂਸ ਫੋਰਸਿਸ ਜੁਆਇਨ ਕਰੂੰਗੀ ਇੱਕ ਟਾਈਮ 'ਤੇ, ਬਿਕੋਜ਼ ਆਈ ਵਾਜ਼ ਸੈਟਿਸਫਾਈਡ ਵਿਦ ਇਟ, ਬਟ ਦੈਨ ਆਈ ਥੋਟ ਕਿ ਨਹੀਂ, ਫੈਮਿਲੀ ਮਤਲਬ ਆਪਣੇ ਆਪ ਉਹ ਆਉਂਦਾ ਹੈ, ਬਿਕੋਜ਼ ਫੈਮਿਲੀ ਲਾਈਨ 'ਚ ਉੱਦਾਂ ਦੀ ਹੈ, ਮੇਰੇ ਦਾਦਾ ਜੀ, ਨਾਨਾ ਜੀ, ਪਾਪਾ ਸਭ ਆਰਮੀ 'ਚ ਮਤਲਬ ਡਿਫੈਂਸ ਸਰਵਿਸਿਸ 'ਚ ਸੀ, ਸੋ ਉਹ ਨਹੀਂ ਸੀ, ਕਦੇ ਸੋਚਿਆ ਨਹੀਂ ਸੀ, ਬਟ ਮੈਨੂੰ ਲੱਗਦਾ ਕਿ ਉਹ ਜੀਨਸ 'ਚ ਹੁੰਦਾ ਤੁਹਾਡੇ 'ਚ, ਕਿ ਤੁਹਾਡੀ ਫੈਮਿਲੀ ਬੈਕਗਰਾਊਂਡ ਆ ਰਿਹਾ, ਇਨਹੈਰੀਟਿਡ ਹੁੰਦਾ ਕਿ ਹਾਂ ਤੁਸੀਂ ਜਾਓਗੇ ਡਿਫੈਂਸ ਸਰਵਿਸਿਸ 'ਚ, ਕਿ ਮੇਰਾ ਬ੍ਰਦਰ ਪ੍ਰਿਪੇਅਰ ਕਰ ਰਿਹਾ ਸੀ। ਸੋ ਸਾਰਿਆਂ ਦਾ ਉਹ ਮਤਲਬ ਉਹ ਹੁੰਦਾ ਕਿ ਸਰਕਮਸਟਾਂਸਿਸ ਇੱਦਾਂ ਦੇ ਹੋ ਗਏ ਕਿ ਮੈਂ ਨਹੀਂ, ਮੈਂ ਸੋਚ ਰਿਹਾ ਕਿ ਉਸ ਟਾਈਮ 'ਤੇ ਕੋਵਿਡ ਸੀ, ਸੋ ਮੇਰਾ ਵਰਕ ਲਾਈਫ ਬੈਲੈਂਸ ਥੋੜ੍ਹਾ ਸਹੀ ਚੱਲ ਰਿਹਾ ਸੀ, ਤਾਂ ਮੈਂ ਨਾਲ ਨਾਲ ਇਹਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ, ਐਂਡ ਫਾਈਨਲੀ ਆਈ ਗੋਟ ਇਨ। ਸੋ ਉਹ ਡੈਫੀਨੇਟਲੀ ਉਹ ਫੈਮਿਲੀ ਦਾ ਤਾਂ ਇੱਕ ਇੰਪੋਰਟੈਂਟ ਫੈਕਟਰ ਹੈ ਹੀ ਕਿ ਫੈਮਿਲੀ ਡਿਫੈਂਸ ਸਰਵਿਸਿਸ 'ਚ ਹੈ, ਦੈਟਸ ਵਾਈ ਆਈ ਆਲਸੋ ਗੋਟ ਇਨ ਟੂ ਇਟ। ਸਭ ਤੋਂ ਪਹਿਲਾਂ ਨਾ ਬੇਟਾ AFI ਮੋਹਾਲੀ ਨਾ ਆਰਮਡ ਫੋਰਸ ਦੀ ਤਿਆਰੀ ਕਰ ਰਿਹਾ ਸੀ, ਜੋ NDK ਦੇ ਮੈਂ 3 ਵਾਰਾਂ ਟੈਸਟ ਨਹੀਂ ਕਲੀਅਰ ਕੀਤਾ ਰਿਟਰਨ, ਅਤੇ ਲਾਸਟ ਵਿੱਚ SSB ਤੋਂ ਥੋੜ੍ਹਾ ਆਊਟ ਹੋਇਆ ਸੀਗਾ। ਉਸ ਟਾਈਮ ਕੋਵਿਡ ਦੇ ਕਾਰਨ ਬੇਟੀ ਘਰ ਸੀਗੀ ਤੋਂ ਹੋਮਵਰਕ ਕਰ ਰਹੀ ਸੀ, ਅਤੇ ਬੇਟੇ ਨੇ ਉਸ ਟਾਈਮ ਕਾਫੀ ਮੋਟੀਵੇਟ ਕੀਤਾ ਵੀ ਤੂੰ ਵੀ ਕਰ ਰਹੇ, ਅਤੇ IT ਕੰਪਨੀ 'ਚ ਆਲਰੇਡੀ ਚੰਗੇ ਪੈਕ ਦੇ ਉੱਪਰ ਸਰਵਿਸ ਕਰ ਰਹੀ ਸੀ, ਤਾਂ ਬੇਟੇ ਨੇ ਕਾਫੀ ਮੋਟੀਵੇਟ ਕੀਤਾ ਵੀ ਨਹੀਂ ਤੂੰ ਤਿਆਰੀ ਕਰ। ਤਿਆਰੀ ਕੀਤੀ, ਰਿਟਰਨ ਕਲੀਅਰ ਕੀਤਾ, ਫਿਰ ਬੇਟੀ ਵੀ SSB 'ਚੋਂ ਆਊਟ ਹੋਈ 2 ਦਫਾ। ਫਿਰ ਜਦੋਂ ਦੂਸਰੀ ਦਫਾ ਆਊਟ ਹੋ ਕੇ ਆਈ ਹੈ, ਤਾਂ ਕਹਿੰਦੇ ਮੈਂ ਹੁਣ ਤਾਂ ਕਰਨਾ ਇੱਕ, ਮਤਲਬ ਮਨ ਬਣਾ ਲਿਆ ਵੀ ਹੁਣ ਤਾਂ ਕਰਨਾ ਹੀ ਕਰਨਾ, ਬਸ ਇੱਕ ਜਿੱਦ ਵਾਲਾ ਜਿਵੇਂ ਹੋ ਗਿਆ, ਅਤੇ ਸਪੋਰਟ ਪਰਿਵਾਰ ਦੀ ਦਿੱਤੀ ਸੀਗੀ, ਕੋਈ ਨਹੀਂ ਕਰ, ਜਿਹੜੀ ਲੈਣ ਦੇ ਜਾਣ 'ਚ ਜਾਓ। ਹੁਣ ਜਦੋਂ ਕੱਲ੍ਹ ਪਾਸ ਆਊਟ ਹੋਈ ਉੱਥੇ ਮਾਰਚ ਪਾਸ, ਜਿਵੇਂ ਉਹ ਦੱਸ ਰਹੀ ਕਿ ਮੈਂ ਹੋਣ ਲੱਗੀ, ਬਹੁਤ ਉਸ ਟਾਈਮ ਮਤਲਬ ਪ੍ਰਾਊਡ ਫੀਲ ਹੋ ਰਿਹਾ ਸੀ, ਕਿਉਂਕਿ ਮਦਰ ਫਾਦਰ ਲਈ ਬੜੀ ਡਿਫਰੈਂਟ ਜਿਹਾ ਹੁੰਦਾ ਨਾ, ਬੱਚਾ ਜਦੋਂ ਤਰੱਕੀ ਕਰਦਾ, ਔਰ ਖਾਸ ਕਰਕੇ
ਪੋਲੀ ਫੀਲਡ ਵਿੱਚ ਕਿ ਜਿਹਦੇ ਵਿੱਚ ਤੁਸੀਂ ਇੱਕ ਡੀਸੀ ਨੂੰ ਰਿਟਾਇਰ ਕਰ ਰਹੇ ਹੋ ਤੇ ਉਹ ਆਫੀਸਰ ਜਾ ਰਿਹਾ ਬੱਚਾ ਕਮਿਸ਼ਨਰ ਆਫੀਸਰ ਜਾ ਰਿਹਾ ਟੋਟਲ 83 ਬੱਚੇ ਦੇ ਉਹਦੇ ਵਿੱਚੋਂ 2 ਜਾਂ 3 ਬੱਚੇ ਸੀਗੇ ਜੋ ਜੇਸੀ ਜਾਂ ਹੋਰ ਰੈਂਕ ਦੇ ਬਾਕੀ ਬਹੁਤ ਉਸ ਟਾਈਮ ਖਾਸ ਕਰਕੇ ਜੋ ਬੇਟੀਆਂ 28 ਲੜਕੀਆਂ ਸੀਗੀਆਂ ਉਸ ਟਾਈਮ ਮਹਿਲਾ ਅਫਸਰ ਸੀ ਬਹੁਤ ਜ਼ਿਆਦਾ ਮਤਲਬ ਚੰਗਾ ਕੁਛ ਦਾ ਮਾਹੌਲ ਬਣਿਆ ਉਸ ਟਾਈਮ ਭੈਣ ਜੀ ਕਿਵੇਂ ਦਾ ਇਹ ਚੀਜ਼ ਸੋਚਦੇ ਹੋ ਕਿ ਜਦੋਂ ਧੀ ਅੱਗੇ ਵੱਧਦੀ ਹੈ ਨਾ ਬਹੁਤ ਮਾਣ ਹੁੰਦਾ ਇਹ ਚੀਜ਼ ਦਾ ਜਿਸ ਤਰ੍ਹਾਂ ਪਰਿਵਾਰ ਨੂੰ ਵੀ ਹੈ ਸਾਰੇ ਹੀ ਹੈ ਬਹੁਤ ਕਰਦੇ ਆ ਉਹਨੂੰ ਛੋਟੇ ਹੁੰਦਿਆਂ ਤੋਂ ਬਹੁਤ ਮਿਹਨਤ ਕੀਤੀ ਹੈ ਪੜ੍ਹਦੀ ਵੀ ਸੀਗੀ ਨਾ ਜਦੋਂ ਉਦੋਂ ਉਦੋਂ ਵੀ ਇਹਦਾ ਬਹੁਤ ਰਿਹਾ ਮਤਲਬ ਇਸ ਚੀਜ਼ ਦੇ ਵਿੱਚ ਕਿ ਮੈਂ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈਗਾ ਫਿਰ ਆਈਟੀ 'ਚ ਗਈ ਫਿਰ ਇੱਧਰ ਜਾਣ 'ਤੇ ਜਦੋਂ ਇਹ ਗਈ ਹੈ ਇਹਨੂੰ ਇਹਦੇ ਬ੍ਰਦਰ ਨੇ ਬੜਾ ਕੀਤਾ ਕਿ ਤੂੰ ਨਹੀਂ ਕਰ ਮੈਂ ਇਹਨੂੰ ਕਹਿਣਾ ਨਹੀਂ ਮੈਂ ਜੀਵਨ ਤੂੰ ਨਾ ਇੱਕ ਸੋਫਟ ਜੀ ਬੱਚੀ ਆ ਕਿ 800 ਮੀਟਰ ਵੀ ਨਹੀਂ ਦੌੜ ਸਕਦੀ ਹੁੰਦੀ ਇਹ ਇੰਨਾ ਇਹਦਾ ਸੀਗਾ ਅੱਜ ਇਹ ਉੱਥੇ ਹਰ ਇੱਕ ਮਤਲਬ ਪੇਟ ਦੇ ਵਿੱਚ ਜਾਂ ਕੋਈ ਵੀ ਫਿਜੀਕਲ ਟ੍ਰੇਨਿੰਗ ਆ ਉਹਦੇ ਵਿੱਚ ਐਕਸਲੈਂਟ ਆਈ ਆ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਇਹ ਚੀਜ਼ ਹੀ ਕਿ ਅੱਜ ਤੱਕ ਪਹੁੰਚੀ ਹੈ ਬੇਸਿਕਲੀ ਇਹ ਬਹੁਤ ਹੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਆ ਕਿ ਡੈਟ ਮਾਈ ਸਿਸਟਰ ਇਜ਼ ਐਨ ਆਫੀਸਰ ਇਨ ਇੰਡੀਅਨ ਏਅਰਫੋਰਸ ਸੋ ਸਟੋਰੀ ਕੀ ਸੀ ਕਿ ਆਈ ਵਾਜ਼ ਪ੍ਰਪੇਅਰਿੰਗ ਫੋਰ ਇੰਡੀਆ ਇੰਡੀਆ ਦਾ ਐਗਜ਼ਾਮ ਚੱਲ ਰਿਹਾ ਸੀ ਅਤੇ ਬੇਸਿਕਲੀ ਆਲ ਥੈਂਕਸ ਟੂ ਲੋਕਡਾਊਨ ਕਿ ਲੋਕਡਾਊਨ ਕਰਕੇ ਆਪਾਂ ਘਰ ਆਏ ਸਾਰੇ ਜਣੇ ਅਤੇ ਲੋਕਡਾਊਨ ਵਿੱਚ ਮੈਂ ਆਪਣੀ ਤਿਆਰੀ ਕਰਦਾ ਹੁੰਦਾ ਸੀ ਡਿਫੈਂਸ ਫੋਰਸਿਸ ਦੀ ਅਤੇ ਨਾਲ ਦੀਦੀ ਆਈ ਟੀ ਜੋਬ ਕਰ ਰਹੇ ਸੀ ਫਰੋਮ ਹੋਮ ਅਤੇ ਮੇਰੇ ਵੱਲ ਦੇਖ ਕੇ ਨਾਲ ਦੀਦੀ ਦਾ ਖੁਦ ਦਾ ਹਲਕਾ ਸ਼ੌਂਕ ਹੈਗਾ ਸੀ ਪਹਿਲਾਂ ਪਰ ਜ਼ਿਆਦਾ ਸ਼ੌਂਕ ਆਪਾਂ ਜਦੋਂ ਦੋਨੇ ਇਕੱਠੇ ਤਿਆਰੀ ਸ਼ੁਰੂ ਕਰਨੀ ਕੀਤੀ ਉਦੋਂ ਸ਼ੌਂਕ ਲੱਗਾ ਮਤਲਬ ਜਿਵੇਂ ਆਪਸ ਦੇ ਵਿੱਚ ਘਰ ਦੇ ਵਿੱਚ ਬੰਦ ਆ ਤੇ ਮਾਹੌਲ ਲੋਕਡਾਊਨ ਤੇ ਸਿਲੇਬਸ ਐਨਡੀਏ ਦਾ ਤੇ ਐਫਕੈਟ ਦਾ ਏਅਰਫੋਰਸ ਦਾ ਲਗਭਗ ਸੇਮ ਸੀ ਸੋ ਆਪਾਂ ਇਕੱਠੇ ਤਿਆਰੀ ਕਰਨੀ ਸ਼ੁਰੂ ਕੀਤੀ ਸੀ ਫਿਰ ਆਪਾਂ ਜਿੱਦਾਂ ਇੰਗਲਿਸ਼ ਵਿੱਚ ਸਿਨੋਨਿਮ ਸੈਂਟੈਂਸ ਹੁੰਦੇ ਆ ਇੱਕ ਦੂਜੇ ਕੋਲ ਸੁਣਨੇ ਸ਼ੁਰੂ ਕੀਤੇ ਚੱਲ ਤੇਰੀ ਕਿੰਨੀ ਤਿਆਰੀ ਹੋਈ ਮੇਰੀ ਕਿੰਨੀ ਤਿਆਰੀ ਹੋ ਗਈ ਸੋ ਉਸ ਚੀਜ਼ ਵਿੱਚ ਆਪਾਂ ਦੋਨਾਂ ਨੇ SSB ਇਕੱਠੀਆਂ ਦਿੱਤੀਆਂ ਪਹਿਲਾਂ ਦੀਦੀ ਦੇ ਦੋ ਫੇਲੀਅਰ ਸੀ ਪਹਿਲਾਂ SSB ਦੇ ਪਹਿਲੋਂ ਫਸਟ ਸਟੇਜ ਤੋਂ ਫਿਰ ਲਾਸਟ ਸਟੇਜ ਵਿੱਚ ਇੱਕ ਵਾਰੀ ਦੀ ਫੇਲ ਹੋਇਆ ਪਰ ਜਿਹੜੀ ਥਰਡ ਅਟੈਂਪਟ ਦਿੱਤਾ ਉਹਦੇ ਵਿੱਚ ਰਿਟਨ ਫਿਰ SSB ਜਿਹਨੂੰ ਇੰਟਰਵਿਊ ਕਹਿੰਦੇ SSB 5 ਦਿਨ ਦਾ ਪ੍ਰੋਸੀਜਰ ਆ ਉਹਦੇ ਵਿੱਚ ਜਾਣ ਤੁਸੀਂ ਪਹਿਲੇ ਦਿਨ ਆਊਟ ਹੋ ਜਾਂਦੇ ਜੇ ਜਾਂ ਤੁਸੀਂ ਲਾਸਟ 'ਤੇ 5ਵੇਂ ਦਿਨ ਆਊਟ ਹੁੰਦੇ ਜੇ ਅਤੇ ਉਹ ਜਿਹੜਾ 5-day ਪ੍ਰੋਸੀਜਰ ਆ ਉਹ ਦੀਦਾ ਲਾਸਟ ਵਾਰੀ ਹੋਇਆ ਦੇਹਰਾਦੂਨ ਅਤੇ ਦੇਹਰਾਦੂਨ 'ਚ ਦੀਦੀ ਰੈਕਮੈਂਡ ਹੋਇਆ ਉਸ ਤੋਂ ਬਾਅਦ ਮੈਡੀਕਲ ਆਇਆ ਦਿੱਲੀ ਅਤੇ ਮੈਡੀਕਲ ਕਲੀਅਰ ਕੀਤਾ ਅਤੇ ਫਿਰ ਮੈਡੀਕਲ 'ਚ ਵੀ ਟੈਂਪਰੇਰੀ ਰਿਜੈਕਸ਼ਨਸ ਆ ਜਾਂਦੀਆਂ ਵਾ ਜਿੱਦਾਂ ਕਿਸੇ ਦੀ ਵੇਟ ਤੋਂ ਹੋ ਗਈ ਕਿਸੇ ਦੀ ਕਿਸ ਚੀਜ਼ ਤੋਂ ਹੋ ਗਈ ਫਿਰ ਸਾਰਾ ਕੁਝ ਕਲੀਅਰ ਕਰਕੇ ਫਿਰ ਮੈਰਿਟਿਨ ਹੋਏ ਅਤੇ ਮੈਰਿਟਿਨ ਹੋ ਕੇ ਆਪਣਾ ਫਿਰ ਅਕੈਡਮੀ ਜੁਆਇਨ ਕੀਤੀ ਅਤੇ ਇਸ ਅਕੈਡਮੀ ਵਿੱਚ ਸਾਲ ਦੀ ਟ੍ਰੇਨਿੰਗ ਜਿਹੜੀ ਸੀ ਫਸਟ ਈਅਰ ਦੀ ਉਹ ਬਹੁਤ ਹੀ ਟਫ ਹੁੰਦੀ ਹੈ ਮੀਨਸ ਕਿ ਆਹ ਨਕਲਸ ਹੁੰਦੇ ਆ ਨਾ ਇਹਨਾਂ 'ਚੋਂ ਖੂਨ ਕੱਢ ਦਿੰਦੇ ਆ ਇੱਕ ਵਾਰੀ ਨਕਲਸ ਤੋਂ ਇੰਨਾ ਆਪਣੀ ਕੋਨੀਆਂ ਤੋਂ ਅਤੇ ਦੀਦੀ ਦਾ ਵੇਟ ਸੀ ਕੁਝ 57 kg ਅਤੇ ਜਦੋਂ ਦੀਦੀ ਆਏ ਉਹ 52 kg ਸੀ ਦੀਦੀ ਦਾ ਵੇਟ ਮੀਨਸ ਕਿ ਇੰਨਾ ਜ਼ਿਆਦਾ ਰਗੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਰਾਤ ਰਾਤ ਦੇ ਕੈਂਪ 20-20 kilometers ਜੋਸ਼ ਰਨਸ ਫਿਰ ਨਾਈਟ ਐਕਸਰਸਾਈਜ਼ ਕੈਂਪਸ ਇੰਨਾ ਕਰਕੇ ਮੀਨਸ ਬੰਦਾ ਜਿੰਨੇ ਕੁਝ ਵੀ ਨਾ ਕੀਤਾ ਹੋਏ ਪਹਿਲਾਂ ਰਨਿੰਗ ਨਾ ਕੀਤੀ ਹੋਏ ਕਦੀ ਉਹ ਇੰਨਾ ਕੁਝ ਕਰ ਰਿਹਾ ਅਤੇ ਇਹ ਬਹੁਤ ਹੀ ਵੱਡਾ ਗ੍ਰਾਫ ਨੂੰ ਇਨਕਲਾਈਨ ਦਿੰਦੀ ਹੈ ਕਿ ਇਸ ਤਰੀਕੇ ਨਾਲ ਕੋਈ ਇੰਨਾ ਇੰਪਰੂਵ ਕਰ ਸਕਦਾ ਡਿਫੈਂਸ ਫੋਰਸਿਸ 'ਚ ਅਤੇ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਟ੍ਰੇਨਿੰਗ ਗਈ ਬੈਂਗਲੋਰ ਉਹਦੇ ਵਿੱਚ ਜਿਹੜੀ ਪਹਿਲੇ ਸਾਲ ਦੀ ਟ੍ਰੇਨਿੰਗ ਉਸ ਤੋਂ ਜ਼ਿਆਦਾ ਟਫ ਟ੍ਰੇਨਿੰਗ ਸੀ ਅਤੇ ਉਹਦੇ ਵਿੱਚ ਤਾਂ ਤੁਸੀਂ ਹਾਈ ਵੀ ਦੀਦੀ ਨਕਲਸ ਦੇਖੋਗੇ ਨਾ ਇੱਥੋਂ ਵਾਈਟ ਹੋਏ ਪਏ ਆ ਇੰਨਾ ਜ਼ਿਆਦਾ ਖੂਨ ਕੱਢਦੇ ਆ ਉੱਥੇ ਮੀਨਸ ਰਗੜਾ ਕਹਿੰਦੇ ਕਿ ਪੂਰਾ ਆਫੀਸਰ ਆਪਾਂ ਕਹਿ ਦਿੰਦੇ ਹਾਂ ਕਿ ਆਫੀਸਰ ਹੈ ਕਿ ਆਰਡਰ ਮਾਰ ਰਿਹਾ ਹੈ ਇੱਦਾਂ ਬਣ ਗਿਆ ਆਫੀਸਰ ਪਰ ਇੱਕ ਆਫੀਸਰ ਬਣਨ ਦਾ ਪ੍ਰੋਸੀਜਰ ਜਿਹੜਾ ਉਹ ਖੁਦ ਹੀ 3 ਸਾਲ ਦਾ ਪ੍ਰੋਸੀਜਰ ਹੈ 2.5 ਸਾਲ ਦਾ ਪ੍ਰੋਸੀਜਰ ਹੈ ਐਂਡ ਗਵਰਨਮੈਂਟ ਇਜ਼ ਸਪੈਂਡਿੰਗ ਕਰੋੜਸ ਔਨ ਮੇਕਿੰਗ ਸਿੰਗਲ ਆਫੀਸਰ ਸੋ ਇਹ ਕਾਫੀ ਪ੍ਰਾਊਡ ਦੀ ਗੱਲ ਹੈ ਕਿ ਮਾਈ ਸਿਸਟਰ ਇਜ਼ ਐਨ ਆਫੀਸਰ ਇਨ ਇੰਡੀਅਨ ਏਅਰਫੋਰਸ